ਕੱਲ ਅਰਾਊਂਡ 3:30 ਵਜੇ ਦੁਪਹਿਰੇ ਥਾਣਾ ਘਨੌਰ ਵਿੱਚ ਬੱਸ ਸਟੈਂਡ ਦੇ ਨੇੜੇ ਪੈਂਦੇ ਯੂਕੋ ਬੈਂਕ ਵਿੱਚ ਇੱਕ ਕਾਫੀ ਸਨਸਨੀਖੇਜ਼ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਅਰਾਊਂਡ 17 ਲੱਖ ਰੁਪਈਆ ਕੈਸ਼ ਗਨ ਪੁਆਇੰਟ ਦੀ ਨੋਕ 'ਤੇ ਉੱਥੋਂ ਲੁੱਟ ਕੇ ਇਹ ਅਪਰਾਧ ਹੋਇਆ ਸੀ। ਮਾਨਯੋਗ DGP ਪੰਜਾਬ ਦੀ ਹਿਦਾਇਤਾਂ ਮੁਤਾਬਿਕ ਅਸੀਂ ਤੁਰੰਤ ਹੀ ਸਪੋਟਸ 'ਤੇ ਪਹੁੰਚ ਕੇ ਟੀਮਾਂ ਬਣਾਈਆਂ ਅਤੇ 157/22 ਜਿਹੜਾ ਘਨੌਰ ਥਾਣੇ 'ਚ ਅਸੀਂ ਇਹ ਬੈਂਕ ਮੈਨੇਜਰ ਦੇ ਸਟੇਟਮੈਂਟ 'ਤੇ ਮੁਕੱਦਮਾ ਦਰਜ ਕੀਤਾ। SPD ਹਰਬੀਰ ਅਟਵਾਲ, DSP ਘਨੌਰ ਰਘਬੀਰ ਸਿੰਘ, DSPD ਸੁਖਅਮ੍ਰਿਤ ਸਿੰਘ, ਇੰਚਾਰਜ CIA ਪਟਿਆਲਾ ਸ਼ਮਿੰਦਰ ਸਿੰਘ ਐਂਡ SHO ਘਨੌਰ ਸਾਹਿਬ ਸਿੰਘ ਦੇ ਅੰਡਰ ਅਸੀਂ 4-5 ਟੀਮਾਂ ਬਣਾ ਕੇ ਨਾਲ ਦੇ ਨਾਲ ਹੀ ਦੋਸ਼ੀਆਂ ਦੇ ਪਿੱਛੇ ਲੱਗ ਗਏ ਸੀ। ਜਦੋਂ ਸਾਨੂੰ ਇਤਲਾਹ ਮਿਲੀ ਤਾਂ ਅਸੀਂ ਚਮਕੌਰ ਸਾਹਿਬ ਦੇ ਏਰੀਏ ਦੇ 4 ਦੋਸ਼ੀ ਰਹਿਣ ਵਾਲੇ ਹੈਗੇ ਆ। ਇਹਨਾਂ ਦਾ ਨਾਂ ਅਮਨਦੀਪ, ਪ੍ਰਭਦਿਆਲ, ਨਰਿੰਦਰ ਅਤੇ ਦਿਲਪ੍ਰੀਤ ਸਿੰਘ ਹੈਗਾ ਹੈ ਅਤੇ ਵਿਦਇਨ ਲੈੱਸ ਦੈਨ 12 ਆਵਰਸ ਪਟਿਆਲਾ ਪੁਲਿਸ ਨੇ ਇਸ ਵਾਰਦਾਤ ਨੂੰ ਟਰੇਸ ਕੀਤਾ। ਇਸ ਗੈਂਗ ਦੇ 4 ਬੰਦੇ ਅਰੈਸਟ ਕੀਤੇ ਅਤੇ ਜਿਹੜਾ 17 ਲੱਖ ਕੈਸ਼ ਲੁੱਟ ਹੋਈ ਸੀ ਸਾਰੇ ਦਾ ਸਾਰਾ 100% ਕੈਸ਼ ਰਿਕਵਰ ਕੀਤਾ। ਜਿਹੜੀ ਗੱਡੀ ਵਾਰਦਾਤ ਲਈ ਵਰਤੀ ਗਈ ਸੀ ਉਹ ਗੱਡੀ ਰਿਕਵਰ ਕੀਤੀ। ਜਿਹੜੇ ਵੈਪਨਸ ਨਾਲ 12 ਬੋਰ ਦੀ ਜਿਹੜੀ ਗੰਨ ਆ ਅਤੇ ਜਿਹੜੇ ਖਰਪੇ ਹੈਗੇ ਉਹਨਾਂ ਨੂੰ ਵੀ ਰਿਕਵਰ ਕੀਤਾ ਅਤੇ 4 ਮੁਲਜ਼ਮਾਂ ਨੂੰ ਕਾਬੂ ਕੀਤਾ। ਅਤੇ ਇੱਕ ਰਿਕਾਰਡ ਟਾਈਮ ਦੇ ਅੰਦਰ ਅਸੀਂ ਇਸ ਪੂਰੇ ਮੁਕੱਦਮੇ ਨੂੰ ਅਸੀਂ ਟਰੇਸ ਕਰਕੇ ਸਾਰੀ ਰਿਕਵਰੀ ਕੀਤੀ ਆ। ਅਤੇ ਮੈਂ ਪਟਿਆਲਾ ਵਾਸੀਆਂ ਨੂੰ ਅੱਗੇ ਵੀ ਇਨਸ਼ੋਰ ਕਰਦਾ ਹਾਂ ਕਿ ਕ੍ਰਾਈਮ ਡਿਟੈਕਸ਼ਨ ਐਂਡ ਕ੍ਰਾਈਮ ਪ੍ਰੀਵੈਂਸ਼ਨ ਮੇਰਾ ਬੇਸਿਕ ਫੋਕਸ ਰਹੂਗਾ ਅਤੇ ਪਟਿਆਲਾ ਪੁਲਿਸ ਹਮੇਸ਼ਾ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਆਪਣੀ ਇਹ ਮੁਹਿੰਮ ਜਾਰੀ ਰੱਖੂਗੀ। ਇਹਨਾਂ ਬੰਦਿਆਂ 'ਤੇ ਪਹਿਲਾਂ ਵੀ ਅਪਰਾਧਿਕ ਮੁਕੱਦਮੇ ਜਿਹੜੇ ਹੈਗੇ ਆ ਦਰਜ ਆ। ਜਿਹੜਾ ਇਹ ਮੇਨ ਮਾਸਟਰ ਮਾਈਂਡ ਅਮਨਦੀਪ ਸਿੰਘ ਹੈਗਾ ਆ ਇਹਨੇ ਪਿਛਲੇ ਕੁਝ ਸਮੇਂ 'ਚ ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਏਰੀਏ 'ਚ ਵੀ ਪੋਸਟ ਆਫਿਸ ਅਤੇ ਬੈਂਕ 'ਚ ਇਹਨਾਂ ਨੇ ਲੁੱਟ ਕੀਤੀ ਸੀ। ਅਤੇ ਸਾਨੂੰ ਪੂਰੀ ਉਮੀਦ ਆ ਕਿ ਹੋਰ ਵੀ ਕਈ ਵਾਰਦਾਤਾਂ ਜਦੋਂ ਅਸੀਂ ਸਸਟੇਨਡ ਇੰਟਰੋਗੇਸ਼ਨ ਕਰਾਂਗੇ ਅਤੇ ਉਹ ਵਾਰਦਾਤਾਂ ਵੀ ਇਹਨਾਂ ਬੰਦਿਆਂ ਤੋਂ ਨਿਕਲ ਕੇ ਆਉਣਗੀਆਂ। ਥੈਂਕ ਯੂ ਸਰ। ਅਮਨਦੀਪ ਸਿੰਘ ਸਰਪੰਚ ਸੀ, ਮੌਜੂਦਾ ਸੀਗਾ ਕਿ ਕਿਵੇਂ ਸੀਗਾ ਸਰਪੰਚ? ਇਹ ਹਫਜ਼ਾਬਾਦ ਪਿੰਡ ਦਾ ਸਰਪੰਚ ਆ ਜੀ। ਸਰ ਬੈਂਕ ਦੇ ਵਿੱਚ ਸਰ ਕਿੰਨੇ ਕੁ ਸਿਕਿਉਰਿਟੀ ਗਾਰਡ ਸੀ? ਸਰ ਤੁਹਾਨੂੰ ਲੱਗਦਾ ਕਿ ਬੈਂਕ ਵਾਲਿਆਂ ਨੂੰ ਸਿਕਿਉਰਿਟੀ ਗਾਰਡ ਵਧਾਉਣੇ ਚਾਹੀਦੇ ਆ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਤੁਹਾਡਾ ਕੰਮ ਵਧਾਉਣ? ਦੇਖੋ ਮੈਂ ਆਪਣੇ ਮੀਡੀਆ ਦੇ ਭਰਾਵਾਂ ਦੇ ਰਾਹੀਂ ਇਹ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਹਾਂ ਕਿ ਇਸ ਬੈਂਕ 'ਚ ਵੀ ਕੋਈ ਵੀ ਸਿਕਿਉਰਿਟੀ ਗਾਰਡ ਤੈਨਾਤ ਨਹੀਂ ਸੀਗਾ। ਜਦਕਿ ਕਲੀਅਰ ਹਦਾਇਤਾਂ ਨੇ ਕਿ ਬੈਂਕ 'ਚ ਸਿਕਿਉਰਿਟੀ ਗਾਰਡ ਤੈਨਾਤ ਹੋਣਾ ਚਾਹੀਦਾ। ਅਸੀਂ ਪ੍ਰੋਐਕਟਿਵ ਪੁਲਿਸਿੰਗ ਜ਼ਰੂਰ ਕਰਾਂਗੇ ਐਂਡ ਹਰੇਕ ਵਾਰਦਾਤ ਨੂੰ ਪ੍ਰੀਵੈਂਟ ਵੀ ਕਰਾਂਗੇ ਐਂਡ ਡਿਟੈਕਟ ਵੀ ਕਰਾਂਗੇ। ਬਟ ਮੇਰੀ ਤੁਹਾਡੇ ਰਾਹੀਂ ਸਾਰੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਉਹਨਾਂ ਨੂੰ ਮੇਰੀ ਅਪੀਲ ਆ ਕਿ ਬੈਂਕ 'ਚ ਸਿਕਿਉਰਿਟੀ ਗਾਰਡ ਨੋਰਮ ਮੁਤਾਬਿਕ ਜ਼ਰੂਰ ਰੱਖਿਆ ਜਾਵੇ। ਸਰ ਟਰੇਸ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਸੀ ਕਿ ਜਲਦੀ ਜਿਹੜੀ ਗ੍ਰਿਫਤਾਰੀ ਹੋਈ? ਦੇਖੋ ਸਭ ਤੋਂ ਵੱਡੀ ਜਿਹੜਾ ਸਾਡਾ ਸੀਗਾ ਪ੍ਰੋਮਪਟ ਰਿਸਪੋਂਸ, ਮਤਲਬ ਵਾਰਦਾਤ ਹੋਣ ਦੇ 15-20 ਮਿੰਟਾਂ ਦੇ ਅੰਦਰ ਸਾਡੀਆਂ ਟੀਮਾਂ ਉੱਥੇ ਪਹੁੰਚ ਗਈਆਂ ਸੀ ਅਤੇ ਜਿਹੜੇ ਅਫਸਰਾਂ ਦੇ ਮੈਂ ਨਾਂ ਲਏ ਇਹਨਾਂ ਨੇ ਬਹੁਤ ਜ਼ਿਆਦਾ ਡੈਡੀਕੇਸ਼ਨ ਨਾਲ ਇਕੱਲਾ CCTV ਫੁਟੇਜ, ਉਹਦੇ CDRs ਲੈਣੇ, ਮਤਲਬ ਟੈਕਨੀਕਲ ਇਨਵੈਸਟੀਗੇਸ਼ਨ ਕਰਨੀ, ਸਾਰੇ ਪੱਖਾਂ ਨੂੰ ਕਵਰ ਕਰਦੇ ਹੋਏ ਅਸੀਂ ਇਸ ਵਾਰਦਾਤ ਨੂੰ ਬ੍ਰੇਕ ਕੀਤਾ ਹੈ। ਸਰ ਜਿਹੜੇ ਮੁਲਜ਼ਮ ਸੀ ਕੀ ਪਹਿਲਾਂ ਨੇ ਰੇਕੀ ਕੀਤੀ ਸੀ? ਕਿਸ ਤਰ੍ਹਾਂ, ਕਿਉਂਕਿ ਇਹ ਅਦਰ ਜ਼ਿਲ੍ਹੇ ਨਾਲ ਸੰਬੰਧਿਤ ਨੇ, ਕਿਸ ਤਰ੍ਹਾਂ ਕੀ ਪਹਿਲਾਂ ਤੋਂ ਇਹਨਾਂ ਦਾ ਪਲਾਨ ਸੀ, ਇਹ ਕਿਸ ਤਰ੍ਹਾਂ ਸਰ ਵਾਰਦਾਤ ਨੂੰ ਅੰਜਾਮ ਦਿੱਤਾ? ਦੇਖੋ ਇਹ ਅਜੇ ਆ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਆ, ਅਸੀਂ ਪੂਰਾ ਇਹਨਾਂ ਤੋਂ ਮਤਲਬ ਇਹਨਾਂ ਤੋਂ ਥੋਰੋਲੀ ਇਨਵੈਸਟੀਗੇਟ ਕਰਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਅਤੇ ਇਸ ਵਾਰਦਾਤ ਦੇ ਪਿੱਛੇ ਇਹਨਾਂ ਦਾ ਕੀ ਮਕਸਦ ਸੀ ਅਤੇ ਕੀ ਰੇਕੀ ਕੀਤੀ? ਦੇਖੋ ਜਿੰਨਾ ਕੈਸ਼ ਅਰਾਊਂਡ 17 ਲੈਕਸ ਇਹਨਾਂ ਨੇ ਬੈਂਕ ਤੋਂ ਲੁੱਟ ਕੀਤੀ ਸੀ ਉਹ ਸਾਰਾ ਕੈਸ਼ ਰਿਕਵਰ ਹੋਇਆ ਹੈ। ਜਿਹੜੀ ਗੱਡੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਸੀ ਉਹ ਵੀ ਰਿਕਵਰ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੀ ਬੁਲਟ ਮੋਟਰਸਾਈਕਲ 'ਤੇ ਭੱਜੇ ਸੀ ਉਹ ਵੀ ਰਿਕਵਰ ਹੋਇਆ ਹੈ ਅਤੇ ਜਿਹੜੇ ਵੈਪਨਸ ਨਾਲ ਡਰਾ ਕੇ ਜਿਹੜੀ ਇਹ 12 ਬੋਰ ਦੀ ਗੰਨ ਆ ਅਤੇ ਜਿਹੜੇ ਲੰਬੇ ਖਰਪੇ ਜੇ ਹੈਗੇ ਇਹ ਵੀ ਰਿਕਵਰ ਹੋਏ ਆ। ਮਤਲਬ ਟੋਟਲ 100% ਰਿਕਵਰੀ ਹੋਈ ਆ ਜੀ ਐਂਡ ਸਾਰੇ ਮੁਲਜ਼ਮ ਅਰੈਸਟ ਨੇ। ਮੈਂ ਅੱਗੇ ਵੀ ਪਟਿਆਲਾ ਨੂੰ ਇਨਸ਼ੋਰ ਕਰਦਾ ਕਿ ਅਸੀਂ ਕ੍ਰਾਈਮ ਫਰੀ ਇਨਵਾਇਰਮੈਂਟ ਤੁਹਾਨੂੰ ਦੇਵਾਂਗੇ।
ਸਰ ਜਿਹੜੀ ਡੀਵੀਆਰ ਲੈ ਗਏ ਸੀ ਨਾਲ ਉਹਦੇ ਵਿੱਚ ਕੁਝ ਤੱਥ ਸਾਹਮਣੇ ਆਏ ਕਿ ਕਿਸ ਤਰ੍ਹਾਂ ਦਾ ਪਲਾਨ ਸੀ ਇਹਨਾਂ ਦਾ ਉਹ ਅਜੇ ਅਸੀਂ ਪ੍ਰੋਪਰ ਕੱਲੀ ਕੱਲੀ ਉਹਦੀ ਡੀਵੀਆਰ ਦੀ ਵੀ ਫੋਰੈਂਸਿਕ ਜਾਂਚ ਕਰਾਵਾਂਗੇ ਤੇ ਹਰੇਕ ਪਹਿਲੂ ਤੇ ਇਨਵੈਸਟੀਗੇਸ਼ਨ ਕਰਾਂਗੇ ਇਹ ਇਹੀ ਗੈਂਗ ਹੈ ਜਾਂ ਇਹਨਾਂ ਦਾ ਕਿਸੇ ਹੋਰ ਗੈਂਗ ਨਾਲ ਤਾਂ ਨਹੀਂ ਜਿਵੇਂ ਪਹਿਲਾਂ ਜੇਲ੍ਹਾਂ ਦੇ ਵਿੱਚ ਰਹੇ ਹੈ ਇਹਨਾਂ ਦਾ ਸਾਰਾ ਅਪਰਾਧਿਕ ਪਿਛੋਕੜ ਅਸੀਂ ਵੈਰੀਫਾਈ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਸ ਗੈਂਗ ਦੇ ਹੋਰ ਮੈਂਬਰਾਂ ਨੂੰ ਵੀ ਕਾਬੂ ਕੀਤਾ ਜਾਵੇ ਸਰ ਇਹਨਾਂ ਦੇ 12 13 ਪਰਚੇ ਪਹਿਲਾਂ ਵੀ ਉਹ ਕੀ ਉਹਨਾਂ ਚ ਦਿਮਾਗ ਹੋਈਆਂ ਉਹ ਅਸੀਂ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਨਾਲ ਘਰੋਂ ਦੇ ਵਿੱਚ ਇਨਸੀਡੈਂਟ ਕੀਤਾ ਹੈ ਇਹ ਹਰਿਆਣਾ ਬਾਰਡਰ ਵੀ ਨੇੜੇ ਸੀ ਉਧਰ ਵੀ ਭੱਜਣ ਦੀ ਤਾਕ ਹੋ ਸਕਦੀ ਸੀ ਇਹਨਾਂ ਦੀ ਦੇਖੋ ਇਹ ਭੱਜਣ ਦੀ ਤੇ ਗੁੰਜਾਇਸ਼ ਹੀ ਨਹੀਂ ਸੀਗੀ ਜੀ ਕਿਉਂਕਿ ਜਿਵੇਂ ਹੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਅਸੀਂ ਆਪਣਾ ਡਿਸਟ੍ਰਿਕਟ ਸੀਲਿੰਗ ਪਲਾਨ ਜਿਹੜਾ ਆ ਉਹ ਐਕਟੀਵੇਟ ਕਰ ਦਿੰਦੇ ਹਾਂ ਮਤਲਬ ਜ਼ਿਲ੍ਹੇ ਨੂੰ ਜਿਹੜੇ ਵੀ ਬਾਕੀ ਜ਼ਿਲ੍ਹਿਆਂ ਦੀ ਹੱਦਾਂ ਤੇ ਸਾਡੇ ਨਾਕੇ ਨੇ ਉਹ ਐਕਟੀਵੇਟ ਹੋ ਜਾਂਦੇ ਆ ਤੇ ਅਸੀਂ ਬਹੁਤ ਸਪੀਡੀ ਐਂਡ ਪ੍ਰੋਮਪਟ ਐਕਸ਼ਨ ਇਸ ਕੇਸ 'ਚ ਵੀ ਕੀਤਾ ਤੇ ਅੱਗੇ ਵੀ ਕਰਾਂਗੇ ਥੈਂਕ ਯੂ ਸੋ ਮੱਚ ਸਰ ਇੱਕ ਕੁਐਸਚਨ ਹੈ ਜਿਨ੍ਹਾਂ ਨੇ ਇਹ ਟੀਮ ਨੇ ਇਹਦਾ ਕੰਮ ਕੀਤਾ ਸਰ ਉਹਨਾਂ ਨੂੰ ਜਿਹੜਾ ਖੁਸ਼ੀ ਘੰਟਾ ਜਿਹੜਾ ਦਾ ਜਦੋਂ ਦੋਸ਼ੀ ਫੜਦੇ ਜਾਂ ਟੀਮ ਦੇ ਮੈਂਬਰ ਕੋਈ ਸਨਮਾਨ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜ਼ਰੂਰ ਇਹਨਾਂ ਦਾ ਰਿਵਾਰਡ ਪ੍ਰਪੋਜ਼ ਕਰਾਂਗੇ ਥੈਂਕ ਯੂ ਸੋ ਮੱਚ